सब्सक्राइब अवर चैनल एंड प्रेस द बेल आइकन ताकि कोई भी नवी अपडेट तुसी मिस ना करो। मतलब 100-200 फोर्स हुंदी जिवें प्रोटेक्शन दे के बंदे धरने च लै के आए जांदे आ किसानां नूं भड़का के जड़ा वा ते नुकसान करना धरना खंडाउण वाली योजना लगदी आ। अज जड़े जल बोर्ड दे टैंकर आउणे सी ओह पाणी वास्ते नहीं आउण दित्ते गए। ਇੱਥੇ ਨੈੱਟ ਬੰਦ ਕਰ ਦੇਣਾ ਅਤੇ ਪੰਜਾਬ ਹਰਿਆਣੇ ਅਤੇ ਹੋਰਨਾਂ ਹਿੱਸਿਆਂ ਵਿੱਚ ਲਗਾਤਾਰ ਇਹ ਰਿਪੋਰਟਾਂ ਕਰਨੀਆਂ ਵੀ ਧਰਨੇ ਤਾਂ ਖਤਮ ਕਰ ਦਿੱਤੇ, ਧਰਨੇ ਤਾਂ ਖਿਡਾ ਦਿੱਤੇ ਗਏ ਆ। ਇੱਕ ਹੱਥਕੰਡਾ ਟੋਕੇ ਵਜੋਂ ਵਰਤੀ ਦਾ ਵਾ, ਮੀਡੀਆ ਨੂੰ ਉਵੇਂ ਵਰਤ ਕੇ ਪੂਰੇ ਦੇਸ਼ ਵਿੱਚ ਬਦਨਾਮੀ ਕਰਨ ਦੀ ਕੋਸ਼ਿਸ਼ ਆ। ਮੋਦੀ ਸਰਕਾਰ ਇੰਨਾ ਜਬਰ ਕਰਕੇ ਸਾਡੇ ਅੰਦੋਲਨ ਨੂੰ ਹੋਰ ਉਹਨੇ ਵਧਾਇਆ ਵਾ। ਉਹ ਜੋ ਨੁਕਸਾਨ ਕਰਨਾ ਚਾਹੁੰਦੀ ਸੀ ਵਕਤੀ ਤੌਰ ਤੇ ਉਹਦੇ ਵਿੱਚ ਅੱਜ ਦੀ ਡੇਟ ਵਿੱਚ ਫੇਲ ਹੁੰਦੀ ਨਜ਼ਰ ਆ ਰਹੀ ਆ। ਤੁਸੀਂ ਇਹ ਧਰਨਾ ਸਾਡੀਆਂ ਲਾਸ਼ਾਂ ਤੋਂ ਨੰਗੇ ਤੋਂ ਬਗੈਰ ਖੰਡਾਜੋਗੇ, ਇਹ ਤੁਹਾਡੇ ਭਰਮ ਹੋਣਗੇ। ਜੀ ਕੈਂਟਵੇਂ 66ਵੇਂ ਦਿਨ ਵੀ ਮੋਰਚਾ ਜਿਹੜਾ ਦਿੱਲੀ ਵਿੱਚ ਲੱਗਾ, ਸਰਕਾਰ ਦੇ ਇੰਨੇ ਕੂੜ ਪ੍ਰਚਾਰ ਦੇ ਬਾਵਜੂਦ ਸਾਰੀਆਂ ਥਾਵਾਂ 'ਤੇ ਜਿੰਨੇ ਵੀ ਮੋਰਚੇ ਆ ਚੜ੍ਹਦੀ ਕਲਾ ਵਿੱਚ ਚੱਲ ਰਹੇ ਆ। ਜਿਵੇਂ ਗਾਜ਼ੀਪੁਰ ਬਾਰਡਰ 'ਤੇ ਜਿਵੇਂ ਰਾਤ ਫੋਰਸਾਂ ਨੇ ਟਿੱਲ ਲਾ ਲਈ, ਜਿਵੇਂ ਦੇਸ਼ ਦੇ ਕਿਸਾਨਾਂ ਨੇ ਹੁਕਮਰਾਨਾਂ ਦੇ ਮੂੰਹ ਮੋੜਿਆ, ਅਤੇ ਉਦੋਂ ਬਾਅਦ ਹੁਕਮਰਾਨਾਂ ਦੇ ਸਾਰੇ ਭੁਲੇਖੇ ਦੂਰ ਦਿੱਤੇ ਤੋਂ ਲੱਖਾਂ ਕਿਸਾਨ ਗਾਜ਼ੀਪੁਰ ਬਾਰਡਰ 'ਤੇ ਪਹੁੰਚੇ ਆ, ਅਤੇ ਉਹਨਾਂ ਦਾ ਜਿਹੜਾ ਜਬਰ ਦਾ ਮੁਕਾਬਲਾ ਕੀਤਾ। ਜਿਵੇਂ ਉੱਥੇ ਭਾਜਪਾ ਦੇ ਆਗੂਆਂ ਦੇ ਹੋਣ ਦਾ ਟਕੈਤ ਜੀ ਨੇ ਦਾਅਵਾ ਕੀਤਾ, ਜਿਵੇਂ ਉਹਨਾਂ ਦੇ ਗੁੰਡੇ ਡਾਂਗਾ ਲੈ ਕੇ ਆਮ ਕਿਸਾਨਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਉਂਦੀਆਂ ਗੱਲਾਂ ਕੀਤੀਆਂ। ਸੋ ਇਹ ਮੋਦੀ ਸਰਕਾਰ ਦਾ ਫਿਰਕੂ ਜਿਹੜਾ ਏਜੰਡਾ ਵਾ ਉਹ ਇੱਥੇ ਸਾਬਤ ਹੋ ਰਿਹਾ। ਇਸੇ ਤਰ੍ਹਾਂ ਹੀ ਕੱਲ੍ਹ ਸਾਰਾ ਦਿਨ, ਮੇਰੇ ਖਿਆਲ ਕੱਲ੍ਹ 3 ਵਾਰੀ ਸਾਡੇ ਵਾਲੇ ਧਰਨੇ 'ਚ ਕੁਛ ਬੰਦੇ ਲਗਾਤਾਰ ਜਥੇਬੰਦੀ ਦੇ ਖਿਲਾਫ ਹੋਰ ਨਾਅਰੇਬਾਜ਼ੀ ਕਰਦੇ ਰਹੇ, ਸ਼ਾਮ ਨੂੰ ਵੀ ਦੋਹਰੇ ਆਏ। ਸਭ ਤੋਂ ਵੱਡੀ ਗੱਲ ਵੀ ਬੰਦੇ ਕੋਈ 10 ਹੁੰਦੇ, ਕਈ 3 ਬੰਦੇ ਸੀ, ਇੱਕ ਵਾਰੀ ਕਈ ਵਾਰੀ 20 ਬੰਦੇ, ਪਰ ਫੋਰਸ ਉਹਨਾਂ ਦੇ ਨਾਲ ਮਤਲਬ 100-200 ਫੋਰਸ ਆਉਂਦੀ ਜਿਵੇਂ ਪ੍ਰੋਟੈਕਸ਼ਨ ਦੇ ਕੇ ਬੰਦੇ ਧਰਨੇ 'ਚ ਲੈ ਕੇ ਆਏ ਜਾਂਦੇ ਆ, ਅਤੇ ਜਿਹੜੇ ਸਾਡੇ ਹੀ ਕੋਈ ਗੁੰਮਰਾਹ ਹੋਏ ਭਰਾ ਵਾ ਉਹਨਾਂ ਨਾਲ ਭਰਾ ਮਾਰੂ ਜੰਗ ਲੜਾਉਣ ਵਾਲੀ ਗੱਲ, ਅਤੇ ਕੁਸਕਾ ਕੇ ਕਿਸਾਨਾਂ ਨੂੰ ਭੜਕਾ ਕੇ ਜਿਹੜਾ ਵਾ ਅਤੇ ਇਹ ਨੁਕਸਾਨ ਕਰਨਾ ਧਰਨਾ ਖੰਡਾਉਣ ਵਾਲੀ ਯੋਜਨਾ ਲੱਗਦੀ ਹੈ। ਇਸੇ ਤਰੀਕੇ ਨਾਲ ਅੱਜ ਸਵੇਰੇ ਨੌਜਵਾਨ ਭੇਜੇ ਗਏ, ਜਿਹੜੀ ਮੈਂ ਵੀਡੀਓ ਵੀ ਤੁਹਾਨੂੰ ਭੇਜੀ ਆ, ਇਹ ਕਾਰਵਾਈ ਹੋਈ ਆ। ਸੋ ਇਸ ਕਰਕੇ ਅਤੇ ਅੱਜ ਜਿਵੇਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਿਹਾ, ਜਿਵੇਂ ਫੋਰਸ ਦੀ ਗਿਣਤੀ 3 ਗੁਣਾ ਵਧਾਈ ਗਈ ਆ ਇੱਥੇ। ਸੋ ਇਹਦੇ ਬਾਵਜੂਦ ਵੀ ਇੰਨਾ ਕੁਛ ਹੋਇਆ, ਇੱਕ ਪਿਛਲੇ ਬੰਨੇ ਬੈਰੀਗੇਟਿੰਗ ਕਰ ਦਿੱਤੀ ਗਈ ਆ ਵੀ ਜਿਹੜੀ ਉੱਧਰਲੇ ਪਾਸਿਓ ਸਾਨੂੰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੀ ਹਮਾਇਤ ਸੀ ਪਹਿਲਾਂ ਉਹਨਾਂ ਨਾਲੋਂ ਕੱਟਿਆ ਜਾਵੇ, ਕੱਲ੍ਹ ਬੈਰੀਗੇਟਿੰਗ ਕੀਤੀ ਗਈ ਆ। ਰਾਤ ਕੁਛ ਸਮਾਂ ਬਿਜਲੀ ਵੀ ਬੰਦ ਕੀਤੀ ਗਈ ਆ। ਅੱਜ ਜਿਹੜੇ ਜਲ ਬੋਰਡ ਦੇ ਟੈਂਕਰ ਆਉਣੇ ਸੀ ਉਹ ਪਾਣੀ ਵਾਸਤੇ ਨਹੀਂ ਆਉਣ ਦਿੱਤੇ ਗਏ। ਮੈਨੂੰ ਲੱਗਦਾ ਕੋਈ ਪੀਸਫੁਲੀ ਧਰਨਾ ਚੱਲਦਾ ਹੋਵੇ ਅਤੇ ਇਹ ਗੈਰ ਮਨੁੱਖੀ ਤਰੀਕਾ ਵੀ ਆਮ ਲੋਕਾਂ ਦਾ ਪਾਣੀ ਬੰਦ ਕਰ ਦੇਣਾ, ਇਹ ਵੈਸੇ ਮੋਦੀ ਸਰਕਾਰ ਸੰਵਿਧਾਨਕ ਉਲੰਘਣਾ ਕਰ ਰਹੀ ਹੈ। ਸੋ ਤੁਸੀਂ ਕਿਸੇ ਦਾ ਜਮਹੂਰੀ ਹੱਕ ਬੋਲਣ ਦਾ, ਇਕੱਠੇ ਹੋਣ ਦਾ, ਆਵਾਜ਼ ਚੱਕਣ ਦਾ, ਉਹਦੀ ਜੀਵਿਤ ਰਹਿਣ ਲਈ ਖਾਣ ਪੀਣ ਦਾ, ਪਾਣੀ ਦਾ ਖੋਹ ਨਹੀਂ ਸਕਦੇ। ਹੁਣ ਇਹਦਾ ਮਤਲਬ ਜਿਹੜੇ ਮੌਲਿਕ ਅਧਿਕਾਰ ਆ ਆਮ ਇਨਸਾਨ ਦੇ, ਉਹਦੇ 'ਤੇ ਵੀ ਮੋਦੀ ਸਰਕਾਰ ਡਾਕਾ ਮਾਰ ਰਹੀ ਹੈ। ਇਹਨਾਂ ਕੁਛ ਦੇ ਬਾਵਜੂਦ ਅੰਦੋਲਨ ਪੀਸਫੁੱਲੀ ਚੱਲ ਰਿਹਾ। ਪੰਜਾਬ ਦੇ ਵਿੱਚੋਂ ਅੱਜ ਤੁਸੀਂ ਵੇਖਿਓ ਹਜ਼ਾਰਾਂ ਹਜ਼ਾਰ ਟਰੈਕਟਰ ਟਰਾਲੀਆਂ ਹਰਿਆਣੇ ਦੇ ਵਿੱਚੋਂ ਕੁਰੂਕਸ਼ੇਤਰ ਤੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਕੁਝ ਚੱਲ ਚੁੱਕੇ ਨੇ ਅਤੇ ਕੁਝ ਚੱਲ ਰਹੇ ਨੇ। ਬਹੁਤ ਸਾਰੀਆਂ ਗੱਡੀਆਂ ਜਿੱਥੇ ਜਿੱਥੇ ਕਿਸੇ ਦਾ ਸੰਬੰਧ ਆ, ਚਾਹੇ ਪਲਵਲ ਆ,
चाहे टिकरी आ बठिंडे का बहुत वड्डा जथा टिकरी वाल जा रहा। इस तरीके साडा कुंडली आ सिंघू आ गाजीपुर च तां रात ही बहुत वड्डे पद्धर ते आ गए। सरकार दे इन्ना जबर दे ते इन्ना दहशत पाउन दे इन्नियां ज़्यादा नैट ते अफवाहां पाउन दे इत्थे नैट बंद कर देना ते पंजाब हरियाणे ते होरना हिस्सियां विच लगातार ये रिपोर्टां करनियां भी धरने तां खत्म कर दिते, धरने तां खिड़ा दिते गए आ। साडे नाल इत्थे दिल्ली दे बहुत सारे वासी आए आ, हरियाणे वाले लोग आए सवेरे भी आ तां चलण डिया जी। मैं कहा चलण आंदा सानू ते ऐ प्रचार करदे भी उत्थे खत्म करता यानी जदों आ के लोगों ने वेख्या। सो इस करके आ भी इन्ना कूड़ प्रचार जिहड़ा प्रचार माध्यमां की दुरवरतों आ ਉਹ ਕੀਤੀ ਜਾਈ, ਜਿਹੜੀ ਜਿਹੜਾ ਚੌਥਾ ਸਤੰਭ ਨਿਰਪੱਖ ਹੋਣਾ ਚਾਹੀਦਾ ਉਹਨੂੰ ਮੋਦੀ ਸਰਕਾਰ ਕਿਵੇਂ ਆਪਦੀ ਸਰਕਾਰ ਦੇ ਵੱਜੋਂ ਆਪਦੇ ਪ੍ਰੋਗਰਾਮਾਂ ਨੂੰ ਅੱਗੇ ਕਰਨ ਵੱਜੋਂ ਜਿਵੇਂ ਇੱਕ ਹੱਥਕੰਡਾ ਟੋਕੇ ਵੱਜੋਂ ਵਰਤੀਦਾ ਵਾ ਮੀਡੀਆ ਨੂੰ, ਉਵੇਂ ਵਰਤ ਕੇ ਪੂਰੇ ਦੇਸ਼ ਵਿੱਚ ਬਦਨਾਮੀ ਕਰਨ ਦੀ ਕੋਸ਼ਿਸ਼ ਆ। ਪਰ ਅਸੀਂ ਇਹਨੂੰ ਜਨ ਅੰਦੋਲਨ ਮੰਨਦੇ ਕਿਸਾਨ ਮਜ਼ਦੂਰ ਦਾ ਨਹੀਂ। ਇਸ ਕਰਕੇ ਜੋ ਗਾਜ਼ੀਪੁਰ 'ਚ ਲੱਖਾਂ ਲੋਕ ਆਏ ਉਹ ਅਤੇ ਜੋ ਪੰਜਾਬ 'ਚੋਂ ਅੱਜ ਹਜ਼ਾਰਾਂ ਟਰੈਕਟਰ ਟਾਲੀਆਂ अपने वाले पासे भी आउण गया ते लगातार आउण गया, यह जन अंदोलन होण दा पुख्ता सबूत ने भी लोग उसे तरह जुड़े ने। मोदी सरकार इन्ना जबर करके साढ़े अंदोलन होर उन्हें वधाया वा, वह जो नुकसान करना चाहती सी वक्ती तौर पर उहदे विच अज दी डेट विच फेल हुंदी नज़र आ रही है। होना तो यह चाहिए उन्हां दा मनशा की आ भी अज संसद दा इजलास आ, आम लोगों लिए की लैके आ रहे उत्ते बहस नहीं हो रही क्योंकि सारा कुछ होर चलाया जा रहा। यह मंशा तहत सरकार क्यों नहीं पूरे करोड़ों लोग आवाज़ चक रहे आ, उस इस संसद इजलास के तीन कानूनों वापस लियाउण वाला खलड़ा पेश करे उत्थे, जड़ा उन्होंने कहा प्रदूषण वाला एक्ट असी थोड़ा मन लिया उहदे विच जिहड़ियां लीगली कार्रवाई करनी आ उह लियावे संसद दे विच, जड़ा सारियां फसलां ते कहिंदे MSP दहांगे साडा यकीन आ उन्हां दा आपदा दावा वह कानूनी मानता दे देण उहनूं। सो इसे तरह बिजली सोध बिल ते कुछ करे। अज संसद इजलास ते बहुती मीडिया ते चर्चा नहीं हैगी, एक मनसे तहत भी लोकां नूं जिथों कुछ मिलना सी जड़ा लोकतंत्र दा मंदर आ उस मंदर विच अज कुछ की होना उहदे ते बहुता नहीं, सारे मीडिया की स्पेस इस गल ते ला दित्ती गई आ भी अंदोलन चुकाया जा रहा, अंदोलन का लोग आम जनता विरोध कर रही है, जबकि अंदोलन पूरी तरह चल रहा तो भरसक तौर पर जड़ा वा पूरे देश के वासी पूरी पंजाबी इनू पूरी तरह सपोर्ट कर रहे हैं। अज तुसी वेख रहे वड्डे पद्धर ते फोर्स लगी हुई है। असी फिर कहा भी तुसी किसे किस्म की चिचड़ी छेड़ते जे थोनू ये नहीं छेड़नी चाहिए सानू भरावां ना, हाँ थोनू लगता भी तुसी पीसफुली अंदोलन तो जो तुम हमला करते जे तो तुम लोकतंत्र का गला कुटोगे, शांतमई आवाज़ चुक रहे हकां ते डाका मारोगे, पर दूसरे पासे थोड़े वालों जो थोनू वारा खांदा तुम ये धरना साडियां लाशां तो नंगे तो बगैर खंडा जोगे ये तुहाडे भरम होणगे। इहदे विच ठीक है सरकार तगड़ी हुंदी आ, वो वध तगड़ी आ साडे मुकाबले, वह सानू कुट सकती आ मार सकती आ, इहदे लई सारी जनता तैयार आ। साडे वालों को इहो जिहा टकराव दा मनसूबा नहीं, असी शांतमई तरीके नाल इत्थे 65 दिनां तों बैठे हाँ ते अगे भी बैठे रहना वा ते अपनी पीसफुली तरीके नाल आवाज़ चक्कण दा साडा जमहूरी हक आ। सरकार किसे किस्म दा प्रभाव पवे ना कल कदी सरकार को उहदे जबर तों डरे आ, ना डरांगे ते ना फ्यूचर 'च डरांगे। ਲੋਕਾਂ ਲਈ ਸਾਡੀ ਜਾਨ ਲੇਖੇ ਲੱਗ ਜਾਵੇ ਅੰਦੋਲਨ ਦੇ ਚਲੇ ਜਾਈਏ ਇਹਦੋਂ ਵੱਡਾ ਫਕਰ ਕੋਈ ਹੋਣਾ ਨਹੀਂ, ਮਰ ਤਾਂ ਉਵੇਂ ਵੀ ਜਾਣਾ ਵਾ। ਇਸ ਕਰਕੇ ਇਹ ਖੇਤੀ ਦੇ ਕਾਨੂੰਨਾਂ ਨੇ ਜਿਵੇਂ ਦੇਸ਼ ਦਾ ਵਿਨਾਸ਼ ਕਰ ਦੇਣਾ ਵਾ, ਸਾਡੀ ਜਥੇਬੰਦੀ ਜਾਂ ਸਾਡੇ ਸਰੀਰ ਦੇਸ਼ ਦੇ ਲੇਖੇ ਲੱਗ ਜਾਣ ਇਹਦੋਂ ਵੱਡੇ ਭਾਗ ਸਾਡੇ ਕਦੀ ਨਹੀਂ ਹੋ ਸਕਦੇ, ਅਸੀਂ ਇਸ ਗੱਲ 'ਤੇ ਕਾਇਮ ਹਾਂ। ਸੋ ਇਸ ਕਰਕੇ ਤੁਹਾਡੇ ਸਾਹਮਣੇ ਸਰਕਾਰ ਦਾ ਚਿਹਰਾ ਨੰਗਾ ਕਰ ਰਹੇ ਹਾਂ ਵੀ ਸਰਕਾਰ ਦਾ ਜਿਹੜਾ ਪਿੱਛੇ ਮਨਸੂਬਾ ਸੀਗਾ ਫਾਸੀਵਾਦ ਦਾ ਫਿਰਕੂਪੁਣੇ ਦਾ ਉਹ ਅੱਜ ਸਾਡੇ ਸਾਹਮਣੇ ਆ ਰਿਹਾ ਵੀ ਲੋਕਾਂ ਵਿੱਚ ਜਿਵੇਂ ਲਗਾਤਾਰ ਉਹਨੇ ਇੱਕ ਮੀਡੀਆ ਨੂੰ ਵਰਤ ਕੇ
ते लोकां विच उहनां दीआं मैंटली भावना इस किस्म दीआं करके साढ़े विरुद्ध ते सानूं कुट्टण दे जिहड़े अंदर मनसूबे आ उह सानूं साफ नज़र आ रहे आ। धन्नवाद। प्लीज़ सबसक्राइब आवर चैनल एंड प्रेस द बैल आइकन ताकि कोई भी नवीं अपडेट तुसीं मिस ना करो।